ਸ੍ਰੀਕਾਲ ਦੋਸਤੋ ਦੋਸਤੋ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਤੁਹਾਡਾ ਆਪਣਾ ਗੁੱਗੀ ਚਹਿਲ ਆ ਲੈ ਕੇ ਆਇਆ ਤੁਹਾਡੇ ਲਈ ਇੱਕ ਸਵਰਾਜ 855 ਦੀ ਵੀਡੀਓ। ਜਿਹੜੇ ਵੀਰਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਓ ਅਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਦੋਸਤੋ ਐਂ ਜੀ ਆਪਾਂ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਹੁੰਦੇ ਹਾਂ, ਤੁਹਾਨੂੰ ਪਤਾ ਹੀ ਆ। ਅਤੇ ਅੱਜ ਅਸੀਂ ਲੈ ਕੇ ਆਏ ਸਵਰਾਜ 855 ਦੀ ਵੀਡੀਓ। ਤੁਹਾਨੂੰ ਦੱਸ ਦਈਏ ਸਟਾਰਟਿੰਗ ਦੇ ਵਿੱਚ ਹੀ ਦੋਸਤੋ, ਇਹ ਟਰੈਕਟਰ ਸਿਰਫ ਅਤੇ ਸਿਰਫ 7 ਘੰਟੇ ਚੱਲਿਆ ਵਾ ਅਤੇ ਸਾਬੋ ਕੇ ਤਲਵੰਡੀ ਵਾਲੀ ਮੰਡੀ 'ਤੇ ਆਇਆ ਵਾ। ਬਾਕੀ ਬਾਈ ਨਾਲ ਵੀ ਆਪਾਂ ਗੱਲਬਾਤ ਸਾਰੀ ਕੀਤੀ ਆ ਅਤੇ ਮੋਬਾਈਲ ਨੰਬਰ ਵੀ ਤੁਹਾਨੂੰ ਇਹ ਤੋਂ ਜੱਡ ਜਾਣਕਾਰੀ ਜਿਹੜੀ ਟਰੈਕਟਰ ਦੀ ਮਿਲੂਗੀ ਵੀ ਵੀਰ ਕਿਉਂ ਵੇਚ ਰਿਹਾ ਕੀ ਕਾਰਨ ਹੈਗਾ। ਪਹਿਲਾਂ ਤੁਹਾਨੂੰ ਟਰੈਕਟਰ ਦੀ ਇੱਕ ਵਾਰ ਝਾਤ ਮਰਵਾ ਦਈਏ ਸਾਰੇ ਦੀ, ਦੇਖ ਸਕਦੇ ਹੋ ਤੁਸੀਂ ਲਿਫਾਫੇ ਵੀ ਨਹੀਂ ਲਾਏ ਹਾਲੇ ਤੱਕ। ਵੀਰ ਨੇ ਸਿੱਧਾ ਏਜੰਸੀ 'ਚੋਂ ਲਿਆ ਕੇ ਸਿੱਧਾ ਹੀ ਇੱਥੇ ਲਾਤਾ ਸਵਰਾਜ 855 ਦੋਸਤੋ 3 ਸਪੀਡ ਦੇ ਵਿੱਚ ਤੁਹਾਨੂੰ ਦੱਸ ਦਈਏ ਟਰੈਕਟਰ ਇਹ ਅਤੇ ਨਗਦ ਕੈਸ਼ ਲਿਆ ਵਾ ਬਾਈ ਦਾ 5 ਸਟਾਰਾਂ ਦੇ ਵਿੱਚ ਆ ਅਤੇ 14 ਦੇ ਟਾਇਰ ਨੇ ਦੋਸਤੋ, ਦੇਖ ਸਕਦੇ ਹੋ ਤੁਸੀਂ। ਬਾਕੀ ਗੁੱਡੀ ਦੇਖ ਸਕਦੇ ਹੋ ਟਾਇਰ ਦੀ ਬਹੁਤ ਘੱਟ ਚੱਲਿਆ ਵੀਰ ਨੇ, ਲਿਆ ਕੇ ਬਸ ਸਿੱਧਾ ਇੱਧਰ ਹੀ ਲਿਆ ਹੁੰਦਾ। 14-28 ਦੇ ਟਾਇਰ ਨੇ ਅਤੇ ਟਾਇਰ ਬੈਕ ਟਾਇਰ ਗੁੜੀਅਰ ਦੇ ਵਿੱਚ ਨੇ ਦੋਸਤੋ, ਤੁਹਾਨੂੰ ਦਿਖਾ ਵੀ ਦਿੰਦੇ ਹਾਂ ਇੱਕ ਵਾਰ, ਦੇਖ ਸਕਦੇ ਹੋ। ਕਈ ਵਾਰੀ ਕੋਈ ਵੀਰ ਨਵਾਂ ਟਰੈਕਟਰ ਲੈਣ ਦਾ ਚਾਹਵਾਨ ਹੁੰਦਾ ਤਾਂ ਉਹ ਇਹ ਟਰੈਕਟਰ ਲਿਜਾ ਸਕਦਾ, ਕਿਉਂਕਿ ਸਿਰਫ ਅਤੇ ਸਿਰਫ 7 ਘੰਟੇ ਚੱਲਿਆ। ਬਾਕੀ ਹੁੱਕ ਦੇਖ ਸਕਦੇ ਹੋ ਦੋਸਤੋ, ਹਾਲੇ ਤੱਕ ਟਰਾਲੀ ਪਿੱਛੇ ਪਾ ਕੇ ਨਹੀਂ ਦੇਖੀ ਵਾਂਗਾਂ ਨੇ। ਅਤੇ ਬਾਕੀ ਵੀਰ ਕਹਿੰਦਾ ਹਾਲੇ ਤੱਕ ਖੇਤ ਵੀ ਨਹੀਂ ਦਿਖਾਇਆ ਇਹਨੂੰ ਅਤੇ ਕੋਈ ਵੀ ਸੰਦ ਨਹੀਂ ਹਾਲੇ ਤੱਕ ਪਾਇਆ। ਬਾਕੀ ਪੀ ਟੀ ਵਾਲਾ ਘੁੱਪਾ ਜਿਹਾ ਦੇਖ ਸਕਦੇ ਹੋ ਤੁਸੀਂ, ਉਹ ਵੀ ਉਵੇਂ ਕਸਿਆ ਵਾ, ਦੇਖ ਸਕਦੇ ਹੋ ਦੋਸਤੋ। ਹੁੱਕ ਵੀ ਬਿਲਕੁਲ ਨਵੀਂ ਪਈ ਆ, ਰੰਗ ਵੀ ਨਹੀਂ ਲਿਆ ਹੁੱਕ ਦਾ, ਦੇਖ ਸਕਦੇ ਹੋ ਤੁਸੀਂ। ਟਰਾਲੀ ਤਾਂ ਆਪਾਂ ਫੇਰ ਹੀ ਨਿਸ਼ਾਨੀ ਹੁੰਦੀ ਆ ਕੋਈ ਨਾ ਕੋਈ, ਜੇ ਟਰਾਲੀ ਪਾਈ ਹੋਵੇ। ਅਤੇ ਇਹਦੇ ਡਰਾਵਲ ਦੇਖ ਸਕਦੇ ਹੋ, ਬੇਦਾਗ ਡਰਾਵਲ ਆ ਗਈ ਅਤੇ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਹੀ ਖੜ੍ਹਾ ਦੋਸਤੋ, ਦੇਖ ਸਕਦੇ ਹੋ ਤੁਸੀਂ। ਬੀੜ ਦਾ ਪਿੰਡ ਹੈਗਾ ਦੋਸਤੋ ਪੂਲਾ ਨਸਾਣਾ, ਮਹਾਰਾਜ ਦੇ ਲਾਗੇ ਪਿੰਡ ਆ ਦੋਸਤੋ, ਬਠਿੰਡੇ ਜ਼ਿਲ੍ਹੇ ਦਾ। ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਬਾਈ ਦਾ ਨੰਬਰ ਵੀ ਆਪਾਂ ਲਵਾਂਗੇ, ਬਾਈ ਤੋਂ ਬਾਅਦ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਅਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਨੂੰ ਨੰਬਰ ਮਿਲ ਜੂ ਅਤੇ ਬਾਕੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਬਾਕੀ ਕਿੰਨਾ ਕੁ ਚੱਲਿਆ ਟਰੈਕਟਰ ਉਹ ਤਾਂ ਦੋਸਤੋ ਦੇਖ ਸਕਦੇ ਹੋ ਤੁਸੀਂ, ਟਾਇਰ ਹੀ ਦੱਸੀ ਜਾਂਦੇ ਆ ਟਰੈਕਟਰ ਦੇ। ਇਹ ਟਰੈਕਟਰ ਦੋਸਤੋ 5 ਤਰੀਕ 9/2022 ਨੂੰ ਨਿਕਲਿਆ ਸੀ ਅਤੇ ਅੱਜ ਮਿਤੀ 28 ਆ ਗਈ, ਦੇਖ ਸਕਦੇ ਹੋ ਤੁਸੀਂ ਮੰਡੀ 'ਤੇ ਖੜ੍ਹਾ ਅਤੇ 7 ਘੰਟੇ ਚੱਲਿਆ ਵਾ ਟਰੈਕਟਰ। ਅਤੇ ਦੋਸਤੋ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਵੀਰ ਨੇ ਰੱਖੀ ਆ 7,95,000 ਰੁਪਇਆ ਅਤੇ ਬਾਈ ਨਾਲ ਆਪਾਂ ਬਾਕੀ ਗੱਲਬਾਤ ਆ ਜਿਹੜੀ ਸਾਰੀ ਕਰਦੇ ਹਾਂ ਅਤੇ ਲੈਂਦੇ ਹਾਂ, ਕਾਰਨ ਕੁਰਨ ਕੀ ਆ ਵੀ ਵੇਚਣ ਦੇ ਉਹ ਆਪਣੇ ਕੋਲ ਮੌਜੂਦ ਨੇ। ਹਾਂਜੀ ਦੋਸਤੋ, ਜਿਹੜਾ ਤੁਹਾਨੂੰ ਅਸੀਂ ਟਰੈਕਟਰ ਪਹਿਲਾਂ ਦਿਖਾ ਕੇ ਹਟੇ ਹਾਂ ਦੋਸਤੋ, ਇਹ ਵੀਰ ਦਾ ਟਰੈਕਟਰ ਆ ਵੀਰੇ। ਜਿਵੇਂ ਆਪਾਂ ਇਹਦੇ ਮਾਡਲ ਦੇਖਦੇ ਹਾਂ ਵੀ 2022 ਮਾਡਲ ਆ, ਕਿੰਨਾ ਟਾਈਮ ਹੋ ਗਿਆ ਵੀਰੇ ਲੈ ਨੂੰ ਇਹ? 15 ਕੁ ਦਿਨ ਹੀ ਹੋਇਆ ਲੈ ਨੂੰ ਅਤੇ ਕਿੰਨਾ ਚਲਾਤਾ ਇਹ? 7 ਘੰਟੇ ਚੱਲਿਆ ਹਾਲੇ ਤੱਕ, ਏਜੰਸੀ ਤੋਂ ਸਿੱਧਾ ਇੱਥੇ ਲਿਆਂਦਾ ਅਤੇ ਨਗਦ ਕੈਸ਼ ਲਿਆ ਸੀ ਵੀਰੇ? ਅਤੇ ਕਿਹੜਾ ਪਿੰਡ ਆ ਆਪਣਾ? ਪੂਲਾ ਨਥਾਣਾ ਵੀਰ ਦਾ ਪਿੰਡ ਆ ਅਤੇ ਨਾਂ ਕੀ ਆ ਵੀਰੇ ਆਪਣਾ? ਅੰਗਰੇਜ਼ ਸਿੰਘ। ਅਤੇ ਵੇਚਣ ਦਾ ਕਾਰਨ ਕੀ ਆ ਵੀ? ਪਹਿਲਾਂ ਹਰੇਕ ਬੰਦੇ ਨੂੰ ਕਹੀਏ ਨਾ, ਡਾਊਟ ਜਾ ਹੋ ਜਾਂਦਾ ਵੀ ਯਾਰ ਐਡੀ ਛੇਤੀ ਬੰਦਾ ਵੇਚੀ ਕਿਉਂ ਜਾਂਦਾ, ਉਹਦਾ ਕਾਰਨ ਕੀ ਆ ਵੇਚਣ ਦਾ? ਅੱਛਾ ਵੀਜ਼ਾ ਆ ਗਿਆ ਦੋਸਤੋ, ਦੇਖ ਸਕਦੇ ਹੋ ਵੀਰ ਦਾ ਵੀਜ਼ਾ ਆ ਗਿਆ, ਬਾਈ ਨੇ ਚੜ੍ਹਨਾ ਜਹਾਜ਼ ਤਾਂ ਕਰਕੇ ਆ ਜਹਾਜ਼ ਤੁਹਾਨੂੰ ਵੇਚ ਰਿਹਾ ਜੇ ਆਪਾਂ ਕਹਿ ਦਈਏ। ਪੂਲਾ ਨਥਾਣਾ ਵੀਰ ਦਾ ਪਿੰਡ ਆ, 3 ਸਪੀਡ ਆ ਬਈ ਇਹ, 3 ਸਪੀਡ ਆ, 15 ਦਿਨ ਹੋਇਆ ਇਹਨੂੰ ਅਤੇ ਮੋਬਾਈਲ ਨੰਬਰ ਬੋਲੀ ਬਈ ਆਪਣਾ 9772 70 831 ਦੋਸਤੋ ਵੀਰ ਦਾ ਮੋਬਾਈਲ ਨੰਬਰ ਆ ਅਤੇ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਤੁਸੀਂ ਲਿਜਾ ਸਕਦੇ ਹੋ। ਬਾਕੀ ਟਰੈਕਟਰ ਤੁਹਾਨੂੰ ਦੱਸ ਹੀ ਦਿੱਤਾ ਵੀ ਬਿਲਕੁਲ ਹੀ ਸਾਫ਼ ਪਿਆ ਹੈਗਾ, ਦੇਖ ਸਕਦੇ ਹੋ ਤੁਸੀਂ, ਇਕੱਲੇ 7 ਘੰਟੇ ਚੱਲਿਆ ਬਾਈ ਦਾ। ਅਤੇ ਨਾਲ ਦੋਸਤੋ ਇੱਧਰਲੀ ਸਾਈਡ ਮੀਟਰ 'ਤੇ ਵੀ ਦਿਖਾ ਦਿੰਦਾ ਤੁਹਾਨੂੰ, ਸਿਰਫ ਅਤੇ ਸਿਰਫ 7 ਘੰਟੇ ਚੱਲਿਆ ਟਰੈਕਟਰ, ਦੇਖ ਸਕਦੇ ਹੋ ਤੁਸੀਂ। ਅਤੇ ਵੀਰ ਨਾਲ ਗੱਲਬਾਤ ਕਰਕੇ ਜੋ ਕਈ ਵਾਰੀ ਵੀ ਵੀਰ ਨਵਾਂ ਟਰੈਕਟਰ ਕਢਾਉਣ ਦਾ ਚਾਹਵਾਨ ਹੋਵੇ ਤਾਂ ਇਹ ਲਿਜਾ ਸਕਦਾ, ਕਿਉਂਕਿ ਬਿਲਕੁਲ ਨਵੇਂ ਹੀ ਪਿਆ ਅਤੇ ਬਾਈ ਨੇ ਅਜੇ ਤੱਕ ਮੁੰਡਾ ਦਾ ਕੋਈ ਸੰਦ ਵੀ ਨਹੀਂ ਪਾ ਕੇ ਦੇਖਿਆ ਹੋਣਾ, ਪਿੱਛੇ ਲੈ ਕੇ ਨਹੀਂ ਗਿਆ ਖੇਤ ਬਾਈ, ਖੇਤ ਵੀ ਨਹੀਂ ਦਿਖਾਇਆ ਹਾਲੇ ਟਰੈਕਟਰ ਨੂੰ, ਸਿੱਧੀ ਮੰਡੀ ਦਿਖਾਤੀ ਹੈ। ਚਲੋ ਠੀਕ ਆ ਵੀ, ਧੰਨਵਾਦ।